ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤ ਸ੍ਰੀ ਅਕਾਲ ਕੀ ਹਾਲ ਚਾਲਾਂ ਠੀਕ ਠਾਕ ਠੀਕ ਠਾਕ ਹੋ ਸਾਰੇ ਸੋ ਅੱਜ ਤੁਹਾਨੂੰ ਆਪਾਂ ਨੀਲੀ ਰਵੀ ਦਾ ਨਗੀਨਾ ਦਿਖਾਉਣ ਲੱਗੇ ਆਂ ਉਮੀਦ ਕਰਦਾ ਆਂ ਕਿ ਤੁਹਾਨੂੰ ਇਹ ਪਸੰਦ ਆਊਗੀ ਛੋਟੀ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਨੂੰ ਫੋਲੋ ਕਰ ਲਿਓ ਜਿਹੜੇ ਵੀਰ ਮੇਰੇ ਨਵੇਂ ਆਏ ਆ ਸੋ ਇਹਦੀ ਫੁੱਲ ਡਿਟੇਲ ਜਿਹੜੀ ਤੁਹਾਨੂੰ ਵੀਡੀਓ ਹੋਰ 'ਚ ਵੀ ਮਿਲ ਸਕਦੀ ਪਰ ਇਹ ਇੱਕ ਛੋਟਾ ਜਿਹਾ ਕਲਿੱਪ ਮੈਂ ਟੇਡੇ ਕੱਟ ਦੀ ਕੱਟੀ ਦਾ ਤੁਹਾਡੇ ਰੂਪ ਰੂਪ ਕਰਨ ਲੱਗਾ ਦੋਸਤੋ ਬਾਰਡਰ ਬੈਂਡ ਦਾ ਨਗੀਨਾ ਵਾ ਜਦੋਂ ਟੇਡੇ ਕੱਟ ਦੀ ਗੱਲ ਹੋਵੇ ਤਾਂ ਫਿਰ ਤੁਹਾਨੂੰ ਵੀ ਪਤਾ ਕਿ ਜ਼ਿਆਦਾ ਇਹ ਬਾਰਡਰ ਏਰੀਆ ਦੇ ਵਿੱਚ ਜਿਹਦਾ ਸਾਣ ਪਾਏਗੇ ਆ ਤੇ ਉਹਨਾਂ ਦੀ ਬਲੱਡ ਦੇ ਵਿੱਚੋਂ ਇਹ ਟੇਡੇ ਕੱਟ ਦਾ ਨਗੀਨਾ ਲੱਭ ਕੇ ਲਿਆਂਦਾ ਇਹਦੀ ਅੱਖ ਇਹਦਾ ਟੇਡਾ ਕੱਟ ਕਰਿਓ ਚੈੱਕ ਜ਼ੁਬਾਨ ਬਿਲਕੁਲ ਗੁਲਾਬੀ ਸੈਂਕ ਰੰਗ ਸੈਂਕ ਬਿਲਕੁਲ ਟੌਪ ਦਾ ਤੇ ਬਿਲਕੁਲ ਮੱਥੇ ਤੋਂ ਥੱਲੇ ਕੁੰਡਾ ਰੱਖੂਗੀ ਇਹ ਕਰਮਾ ਵਾਲੀ ਸੋ ਬਹੁਤ ਹੀ ਉੱਚ ਕੁਆਲਿਟੀ ਦੀ ਕੱਟੀ ਆ ਇਹਦੇ ਜੇ ਤੁਸੀਂ ਆਰਡਰ ਦੇ ਦਰਸ਼ਨ ਪਾਉਂਗੇ ਦੋਸਤੋ ਤਾਂ ਦੇਖਦੇ ਰਹਿ ਜਾਓਗੇ ਜਿਹੜਾ ਇਹਨੂੰ ਦੁੱਧ ਵਾਲਾ ਗੁੱਲ ਲੱਗਿਆ ਦੇਖੋ ਉਵੇਂ ਹੀ ਛੱਡੇ ਉੱਪਰ ਬਟਨ ਬਣੇ ਆ ਜਿਹੜੇ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਹੁੰਦੀ ਆ ਆਰਡਰ ਦੇਖ ਕੇ ਦੋਸਤੋ ਰੂਹ ਖੁਸ਼ ਕਰਦੀ ਆ ਕੱਟੀ ਦੁੱਧ ਵਾਲੇ ਗੁੱਲ ਲੱਗੇ ਆ ਦੇਖ ਸਕਦੇ ਤੁਸੀਂ ਠੰਡੀ ਸੀਲ ਪੋਲੀ ਪੂਰੀ ਆ ਜਿਵੇਂ ਮਰਜ਼ੀ ਥਾਣ ਕੋਈ ਕਿੱਚੀ ਫਿਰੇ ਪਲਾਗਲੇ ਪਾਸੇ ਦੀ ਆ ਦੇਖੋ ਇਹ ਕਰਮ ਵਾਲੀਆਂ ਪੂਸ ਚੱਕ ਕੇ ਲੱਤ ਚੱਕ ਕੇ ਖੜਨ ਵਾਲੀਆਂ ਇਹ ਬਲੱਡ ਹੁੰਦਾ ਹਰ ਇੱਕ ਜਗ੍ਹਾ ਬਲੱਡ ਨਹੀਂ ਮਿਲਦਾ ਦੋਸਤੋ ਪੈਸੇ ਬਹੁਤ ਚੱਕੀ ਫਿਰਦੇ ਲੋਕੀ ਪਰ ਬਲੱਡ ਬਲੱਡੀ ਹੁੰਦਾ ਸਵਾਭਾ ਟੇਡਾ ਕੱਟੇ ਦਾ ਪੂਸ ਚ ਭੁਰਾ ਜ ਨਹੀਂ ਹੱਡੀ ਨਹੀਂ ਗਈ ਦੋਸਤੋ ਆ ਦੇਖ ਸਕਦੇ ਤੁਸੀਂ ਪਲਾਟਾ ਬਣਾ ਲਓ ਜੇ ਇੱਚ ਹੱਡੀ ਹੁੰਦੀਆਂ ਨੇ ਬੁੜ ਕੇ ਉਧਰ ਖੋਲੀ ਚ ਵੱਜਣਾ ਸੀ ਬਾਕੀ ਤੁਸੀਂ ਇਹਦਾ ਟੇਡਾ ਕੱਟ ਇਹਦੀ ਬਿਊਟੀ ਕਰਿਓ ਚੈੱਕ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਝੋਟੀ ਪਸੰਦ ਜਰੂਰ ਆਊਗੀ ਇਹਦੀ ਮਿਲਕਵੇ ਨੇ ਇਥੋਂ ਦੂਰ ਬੈਠਿਆ ਹੀ ਮੰਨ ਲਓ ਤੁਸੀਂ ਦੇਖ ਸਕਦੇ ਆ ਕਿ ਮੈਂ ਦੂਰ ਵੀ ਦੂਰੋਂ ਵੀਡੀਓ ਸ਼ੂਟ ਕਰ ਰਹੇ ਆਂ ਦੀ ਤੇ ਤੁਸੀਂ ਇਹਦੀ ਕੱਦ ਕਾਠੀ ਦਾ ਇਹਦੀ ਮਿਲਕ ਵੇਨ ਦਾ ਇਹਦੇ ਚਾਰੇ ਪੈਰ ਜਾਇਜ ਮਾਰਕਿੰਗ ਟੇਢੇ ਘੜ ਦਾ ਨਤਾਜ ਆ ਲਾ ਸਕਦੇ ਆਂ ਤਾਂ ਉਹਨਾਂ ਦੀ ਬਰੀਕੀ ਕਰ ਲਿਓ ਚੈੱਕ ਦੋਸਤੋ ਲੰਬਾਈ ਲੰਬੂਈ ਕਿਉਂਕਿ ਕਈਆਂ ਵੀਰਾਂ ਨੇ ਦੂਰੋਂ ਆਉਣਾ ਹੁੰਦਾ ਤਾਂ ਫਿਰ ਕੋਈ ਭੁਲੇਖਾ ਨਾ ਰਹਿ ਜੇ ਸੋ ਇਹ ਆ ਟੇਢੇ ਘੜ ਦੀ ਕੱਟੀ ਜੇ ਕਿਸੇ ਨੂੰ ਪਸੰਦ ਆਵੇ ਤਾਂ ਦੋਸਤੋ ਸੰਪਰਕ ਕਰਿਓ ਬੜੇ ਵੀਰਾਂ ਦੀ ਡਿਮਾਂਡ ਸੀ ਟੇਢੇ ਘੜ ਦੀ ਸਾਨੂੰ ਚਾਰੇ ਪੈਰਾਂ ਦੇ ਜਾਇਜ ਮਾਰਕਿੰਗ ਹੋਵੇ ਲਿਆ ਕੇ ਦਿਓ ਸੋ ਆ ਗਿਆ ਨਗੀਨਾ ਦੋਸਤੋ ਹੁਣ ਅੱਗੇ ਤੁਹਾਡੀ ਨਿਰਖ ਪਰਖ ਚਲਣੀ ਆਂ ਸੋ ਅੱਖਾਂ ਚੈੱਕ ਕਰ ਲਿਓ ਦੋਸਤੋ ਐ ਲਾਟੂ ਵਾਂਗੂ ਜਗਦੀਆਂ ਕਰਮ ਵਾਲੀਆਂ ਦੀਆਂ ਸੋ ਧੰਨਵਾਦ ਸੱਜਣੋ